ਬਾਡੀ ਮੇਕਰ ਕਿਸ ਤਰ੍ਹਾਂ ਬਾਡੀ ਬਣਾਉਂਦੇ ਨੇ? ਇਜਾਜ਼ ਮੁਗਲ ਬਾਡੀ ਮੇਕਰ ਨੇ, ਬਾਡੀ ਨੇ ਰਿਪੇਅਰ ਕੀਤੀ, ਨਾਲ ਜਿਹੜੀ ਇੱਕ ਦੂਸਰੀ ਬਾਡੀ ਨਵੀਂ ਬਣਾ ਰਹੇ ਨੇ, ਨਾਲ ਹੋਰ ਵੀ ਕੰਮ ਕਰ ਰਹੇ ਨੇ। ਇਹਨਾਂ ਦਾ ਅਲਮਦੀਨਾ ਬਾਡੀ ਮੇਕਰ ਨਾਂ ਤੋਂ ਬਾਡੀਆਂ ਬਣਾਉਂਦੇ ਨੇ ਅਤੇ ਅਸੀਂ ਲਿਖਾਈ ਕਰ ਰਹੇ ਹਾਂ। ਲਿਖਾਈ ਤੁਹਾਨੂੰ ਦਿਖਾਉਂਦੇ ਹਾਂ ਕਿਸ ਤਰ੍ਹਾਂ ਹੋ ਰਹੀ ਹੈ। ਇਸ ਤਰ੍ਹਾਂ ਕਰਕੇ ਲਿਖਾਈ ਸਿੰਗਲ ਕਰ ਦੇਈ ਦੀ ਹੈ, ਫਿਰ ਉਸ ਤੋਂ ਬਾਅਦ ਉਹਨਾਂ ਦੇ ਰੰਗ ਲੱਗ ਜਾ ਕੇ ਅਤੇ ਮੁਕੰਮਲ ਤਿਆਰ ਹੋ ਜਾਂਦੀ ਹੈ। ਇਹ ਹੁਣ ਲਿਖਾਈ ਸਿੰਗਲ ਹੋ ਰਹੀ ਹੈ, ਪਹਿਲੇ ਸਬਜ਼ ਰੰਗ ਦੇ ਨਾਲ, ਫਿਰ ਉਸ ਤੋਂ ਬਾਅਦ ਇਹਦੇ ਵਿੱਚ ਫੁੱਲ ਬਣ ਜਾਣਗੇ, ਫਿਰ ਇਹਦੇ ਨਾਲ ਇੱਕ ਆਊਟਲਾਈਨ ਲੱਗ ਜਾਏਗੀ। ਇਸ ਤਰ੍ਹਾਂ ਕਰਕੇ ਮੁਕੰਮਲ ਤਿਆਰ ਹੋ ਜਾਏਗੀ। ਉਹਦੇ ਵਿੱਚ ਫੁੱਲ ਬਣਨੇ ਸ਼ੁਰੂ ਹੋ ਗਏ ਨੇ, ਨਾਲ ਸ਼ੇਡ ਲੱਗ ਰਿਹਾ। ਫੁੱਲ ਬਣ ਕੇ ਫਿਰ ਇਹਦੇ ਬਾਅਦ ਇੱਕ ਆਊਟਲਾਈਨ ਲੱਗ ਜਾਏਗੀ, ਫਿਰ ਇਹ ਮੁਕੰਮਲ ਤਿਆਰ ਹੋ ਜਾਏਗੀ। ਥੱਲੇ ਫੁੱਲ ਜਿਹੜੇ ਨੇ ਤਿਆਰ ਹੋ ਚੁੱਕੇ ਨੇ। ਇਸ ਤਰ੍ਹਾਂ ਉੱਤੇ ਇੰਗਲਿਸ਼ ਛੋਟੀ ਲਿਖਾਈ ਹੋ ਜਾਂਦੀ ਹੈ, ਫਿਰ ਇਹਨੂੰ ਬਾਹਰ ਜੋ ਵੀ ਲੱਗਦਾ ਹੋਵੇ ਕਲਰ ਉਹ ਲਗਾ ਕੇ ਤਿਆਰ ਕੀਤਾ ਜਾਂਦਾ। ਵੀਡੀਓ ਦੇਖਣ ਦਾ ਬਹੁਤ ਸ਼ੁਕਰੀਆ। ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ ਤਾਂ ਕਿ ਆਉਣ ਵਾਲੀ ਹਰ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਅਤੇ ਸਾਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸੋ ਕਿ ਤੁਹਾਨੂੰ ਕੰਮ ਕਿਸ ਤਰ੍ਹਾਂ ਲੱਗਦਾ।